ਚੱਲਦਾ ਤੇ T20 DPL ਤੇ ਬਾਕੀ ਅਸੀਂ ਅੱਜ ਤੁਹਾਡੀ ਗੱਲਬਾਤ ਕਰਵਾਉਣ ਰਹੇ ਹਾਂ ਦੀਪਕ ਕੰਬੋਜ ਜੀ ਨਾਲ ਇੰਟਰਨੈਸ਼ਨਲ ਕੋਚ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਅੱਜ ਦੇ। ਸਭ ਤੋਂ ਪਹਿਲਾਂ ਮੈਨੂੰ ਮੇਰੇ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਤੇ ਮੇਰਾ ਨਾਮ ਦੀਪਕ ਕੰਬੋਜ ਔਰ ਮੈਂ ਇੰਟਰਨੈਸ਼ਨਲ ਲੈਵਲ ਤੇ ਭਾਰਤ ਦੀ ਜਿਹੜੀ ਦਿਵਿਆਂਗ ਟੀਮ ਹੈ ਉਹਨੂੰ ਵੀ ਮੈਂ ਕੋਚਿੰਗ ਕਰਾ ਚੁੱਕਿਆ ਹਾਂ ਤੇ ਦਿਵਿਆਂਗ ਦੀ ਜਿਹੜੀ ਦਿਵਿਆਂਗ ਟੀਮ ਹੈ ਉਹ ਏਸ਼ੀਅਨ ਚੈਂਪੀਅਨ ਵੀ ਬਣੀ ਹੈ ਸਾਡੀ ਤੇ ਬੰਗਲਾਦੇਸ਼ ਤੋਂ ਟ੍ਰੈਂਗੂਲਰ ਸੀਰੀਜ਼ ਵੀ ਜਿੱਤ ਕੇ ਆਈ ਸੀ ਤੇ ਹੁਣ ਅਸੀਂ ਫਿਲਹਾਲ ਇੱਕ ਇਵੈਂਟ ਔਰਗੇਨਾਈਜ਼ ਕੀਤਾ ਹੈ ਆਪਣੇ 12 ਸਾਲ ਦੇ ਬੱਚਿਆਂ ਦਾ ਔਰ 19 ਸਾਲ ਦੇ ਬੱਚਿਆਂ ਦਾ। ਇਸ ਇਵੈਂਟ ਦੇ ਵਿੱਚ ਸਾਰੇ ਬੱਚਿਆਂ ਨੇ ਵਧੀਆ ਪਰਫੋਰਮੈਂਸ ਕਰਕੇ ਦਿਖਾਇਆ ਆ ਅਤੇ ਇਹ ਇਵੈਂਟ ਦੇਵਰੁਖਸ਼ ਫਾਊਂਡੇਸ਼ਨ ਜਿਹੜੀ ਸਾਡੀ ਸੰਸਥਾ ਹੈ ਉਹ ਔਰਗੇਨਾਈਜ਼ ਕਰ ਰਹੀ ਹੈ। ਸਰ ਕਿਤਨਾ ਕੁ ਟਾਈਮ ਹੋ ਕ੍ਰਿਕਟ ਲਾਈਨ 'ਚ ਜਦੋਂ ਅਸੀਂ ਆਏ ਹਾਂ ਤਾਂ ਕਾਫੀ ਸਾਨੂੰ ਸਟਰਗਲ ਕਰਨਾ ਪੈ ਰਿਹਾ ਸੀਗਾ ਕ੍ਰਿਕਟ ਲਾਈਨ ਦੇ ਵਿੱਚ। ਉਸ ਤੋਂ ਬਾਅਦ ਮੇਰੇ ਇੱਕ ਗੁਰੂ ਜਿਹੜੇ ਕਿ ਕੋਚ ਸੀਗੇ ਉਹਨਾਂ ਨੇ ਮੈਨੂੰ ਇੱਕ ਐਡਵਾਈਸ ਦਿੱਤੀ ਕਿ ਕ੍ਰਿਕਟ ਲਾਈਨ ਦੇ ਵਿੱਚ ਅਗਰ ਬਣੇ ਰਹਿਣਾ ਹੈ ਤੁਸੀਂ ਅਗਰ ਜੁੜੇ ਰਹਿਣਾ ਇਸ ਵਿੱਚ ਤਾਂ ਤੁਸੀਂ ਇੱਕ ਨੈਸ਼ਨਲ ਕੋਚ ਦਾ ਨਾਲ ਨਾਲ ਕੋਰਸ ਕਰ ਲਓ ਤਾਂ ਕਿ ਤੁਸੀਂ ਲਾਈਫ ਟਾਈਮ ਇੱਕ ਕ੍ਰਿਕਟ ਨਾਲ ਜੁੜ ਜਾਓਗੇ। ਤਾਂ ਉਸ ਤੋਂ ਬਾਅਦ ਜਿੱਦਾਂ ਉਹਨਾਂ ਨੇ ਮੈਨੂੰ ਐਡਵਾਈਸ ਦਿੱਤੀ ਐਡਵਾਈਸ ਦੇ ਕਾਰਨ ਹੀ ਮੈਂ ਫਿਰ ਇੱਕ NIS ਦਾ ਕੋਚ ਦਾ ਸਰਟੀਫਿਕੇਟ ਆਪਣੇ ਕੋਰਸ ਕਰਿਆ। ਉਸ ਦੇ ਵਿੱਚ ਮੈਂ ਨੈਸ਼ਨਲ ਕੋਚ ਅਪੁਆਇੰਟ ਹੋਇਆ ਫਿਰ ਮੈਂ ਦਿਵਿਆਂਗ ਟੀਮ ਦਾ ਕੋਚ ਬਣਿਆ ਅਤੇ ਇੱਦਾਂ ਇੱਦਾਂ ਮੇਰੀ ਜਿਹੜੀ ਕੋਚਿੰਗ ਲਾਈਨ ਆ ਉਹ ਸਟਾਰਟ ਹੋਈ ਹੈ। ਕਿੰਨੀਆਂ ਕੁ ਅਕੈਡਮੀਆਂ ਦੇ ਵਿੱਚ ਕੋਚਿੰਗ ਕਰੀ ਆ ਤੁਸੀਂ ਨੇ? ਹਾਂ ਫਿਲਹਾਲ ਮੈਂ ਅੱਜ 4 ਅਕੈਡਮੀਆਂ ਦੇ ਵਿੱਚ ਮੈਂ ਪਹਿਲਾਂ ਕੋਚਿੰਗ ਕਰਵਾ ਚੁੱਕਿਆ ਹਾਂ। ਪੰਜਾਬ ਦੇ ਵਿੱਚ ਆਪਣੇ ਜਖਲ ਵਾਲੀ ਸਾਈਡ ਤੋਂ ਵੀ ਮੈਂ ਉੱਧਰ ਵੀ ਕੋਚਿੰਗ ਕਰਵਾਈ ਹੈ, ਕੋਲਜ ਹੈ ਉੱਥੇ ਮੈਂ ਕੋਚਿੰਗ ਕਰਵਾਈ ਹੈ। ਫਿਰ ਉਸ ਤੋਂ ਬਾਅਦ ਆਪਣੇ ਰਤੀਆ ਗੌਰਮੈਂਟ ਸਕੂਲ ਦੇ ਵਿੱਚ ਮੈਂ ਕੋਚਿੰਗ ਕਰਵਾਈ ਬੱਚਿਆਂ ਨੂੰ। ਇੱਕ ਸਾਲ ਮੈਂ ਗੌਰਮੈਂਟ ਸਕੂਲ ਦੇ ਵਿੱਚ ਕੋਚਿੰਗ ਕਰਵਾਉਂਦਾ ਰਿਹਾ। ਉਸ ਤੋਂ ਬਾਅਦ ਮੈਂ 2 ਸਾਲ GN ਇੰਟਰਨੈਸ਼ਨਲ ਸਕੂਲ ਦੇ ਵਿੱਚ ਮੈਂ ਕੋਚਿੰਗ ਕਰਵਾਈ ਹੈ ਅਤੇ ਅੱਜ ਮੈਂ ਗੁਰੂ ਨਾਨਕ ਅਕੈਡਮੀ ਸਕੂਲ ਦੇ ਵਿੱਚ ਕੋਚਿੰਗ ਕਰਵਾ ਰਿਹਾ ਬੱਚਿਆਂ ਨੂੰ। ਇੱਥੇ ਬੱਚੇ ਕਾਫੀ ਸਟ੍ਰੈਂਥ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਔਰ ਅੱਛਾ ਯਾਨੀ ਕਿ ਪਰਫੋਰਮੈਂਸ ਵੀ ਕਰਦੇ ਨੇ। ਅਤੇ ਅੱਜ ਫਾਈਨਲ ਡੇ ਆ DPL ਕ੍ਰਿਕਟ ਟੂਰਨਾਮੈਂਟ ਦਾ ਅਤੇ ਅੱਜ ਕਿੱਦਾਂ ਦਾ ਲੱਗ ਰਿਹਾ? ਕਾਫੀ ਅੱਛਾ ਫੀਲ ਹੋ ਰਿਹਾ ਹੈ ਕਿ ਜਿਹੜੇ DPL ਇਵੈਂਟ ਹੈ ਜਿਸ ਤਰ੍ਹਾਂ ਅਸੀਂ ਪਲਾਨਿੰਗ ਕਰੀ ਸੀ ਉਸ ਪਲਾਨਿੰਗ ਤੋਂ ਵੀ ਬੈਸਟ ਤੋਂ ਬੈਸਟ ਹੋਇਆ ਔਰ ਸਾਡੇ ਵੱਲੋਂ ਜੋ ਅਸੀਂ ਕਰਨਾ ਚਾਹੁੰਦੇ ਸੀਗੇ ਉਸ ਨਾਲ ਅਸੀਂ ਬਿਹਤਰ ਕਰਿਆ ਇਸ ਚੀਜ਼ ਨੂੰ। ਔਰ ਜਿਹੜੇ ਵੀ ਇਹਨਾਂ ਸਾਡੇ ਜਿਹੜੇ U12 ਦੇ U16 ਦੇ U19 ਦੇ ਪਲੇਅਰਸ ਨੇ ਉਹਨਾਂ ਨੇ ਇਸ ਇਵੈਂਟ ਨੂੰ ਇਵੈਂਟ ਦੇ ਵਿੱਚ ਜਿੱਦਾਂ IPL ਆਉਂਦਾ ਉੱਦਾਂ ਦੀ ਫੀਲਿੰਗ ਲਈ ਹੈ। ਇਹ ਜਿਹੜਾ ਸਾਡਾ ਇਵੈਂਟ ਹੈ ਇੰਡੀਆ ਲਾਈਵ 24 'ਤੇ ਲਾਈਵ ਹੋ ਰਿਹਾ ਅਤੇ ਬੱਚਿਆਂ ਦਾ ਅੱਜ ਜਿਹੜਾ 12 ਔਰ U19 ਦਾ ਫਾਈਨਲ ਮੈਚ ਵੀ ਹੈ ਤਾਂ ਦੇਖਦੇ ਹਾਂ ਅੱਜ ਜਿਹੜਾ ਫਾਈਨਲ ਮੈਚ ਹੈ ਉਹ ਕਿਹੜੀ ਟੀਮ ਜਿੱਤਦੀ ਹੈ। ਇਹ ਅੱਜ ਜਿਹੜਾ 12 ਦਾ ਮੈਚ ਹੈ ਮਾਨਸਾ ਦੀ ਟੀਮ ਔਰ ਰਤੀਆ ਦੀ 12 ਟੀਮ ਦੇ ਵਿੱਚ ਹੈ ਔਰ ਇੱਕ ਜਿਹੜਾ U19 ਦਾ ਮੈਚ ਹੈ ਉਹ ਆਪਣਾ ਮੈਚ ਮੁੰਬਈ ਦੀ ਟੀਮ ਔਰ ਰਤੀਆ ਦੀ ਟੀਮ ਦੇ ਵਿੱਚ ਹੈ U19 ਦੇ ਵਿੱਚ। ਇਹ DPL ਕ੍ਰਿਕਟ ਜਿਹੜਾ ਤੁਸੀਂ ਕਰਾ ਰਹੇ ਹਾਂ ਇਹਨਾਂ ਦੇ ਵਿੱਚ ਕਿਸੇ ਸਹਿਯੋਗ ਜਿਹੜੀ ਸਾਡੀ ਦੇਵਰੁਖਸ਼ ਫਾਊਂਡੇਸ਼ਨ ਸੰਸਥਾ ਹੈ ਔਰ ਗੁਰੂ ਨਾਨਕ ਅਕੈਡਮੀ ਸਕੂਲ ਇਹ ਦੋਨੇ ਮਿਲ ਕੇ ਇਸ ਇਵੈਂਟ ਨੂੰ ਔਰਗੇਨਾਈਜ਼ ਕਰ ਰਹੇ ਨੇ ਔਰ ਸਾਡੇ ਜਿਹੜੇ ਦੇਵਰੁਖਸ਼ ਫਾਊਂਡੇਸ਼ਨ ਦੇ ਸਚਿਵ ਨੇ ਕੈਨੇਡਾ ਤੋਂ ਪਲਾਸ਼ ਮਲਪਾਨੀ ਜੀ ਔਰ ਅਧਿਆਕਸ਼ ਹੈ ਸਾਡੀ ਕਵਿਤਾ ਮਲਪਾਨੀ ਜੀ ਔਰ ਗੁਰੂ ਨਾਨਕ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਸਵਰਨ ਸਿੰਘ ਜੀ ਔਰ ਪ੍ਰਿੰਸੀਪਲ ਮੈਡਮ ਜਸਵੀਰ ਕੌਰ ਜੀ ਇਹਨਾਂ ਦਾ ਸਭ ਦਾ ਮਿਲ ਜੁਲ ਕੇ ਸਹਿਯੋਗ ਹੋਇਆ ਆ ਅਤੇ ਇਹ ਇਵੈਂਟ ਨੂੰ ਅਸੀਂ ਇਸ ਲੈਵਲ 'ਤੇ ਕਾਫੀ ਅੱਛੇ ਲੈਵਲ 'ਤੇ ਔਰਗੇਨਾਈਜ਼ ਕਰਿਆ ਆ। ਦੀਪਕ ਕੰਬੋਜ ਜੀ ਤੁਸੀਂ ਬਾਲੀਵੁੱਡ ਦੇ ਨਾਲ ਕਿੱਦਾਂ ਜੁੜੇ ਅਤੇ ਇਹਨਾਂ ਦੇ ਵਿੱਚ ਕਿਹਨਾਂ ਕਿਹਨਾਂ ਦਾ ਸਹਿਯੋਗ ਆ ਜੀ? ਐਕਚੁਅਲੀ ਬਾਲੀਵੁੱਡ ਨਾਲ ਮੈਂ ਦੱਸਣਾ ਚਾਹਾਂਗਾ ਕਿ ਕਿਸ ਤਰ੍ਹਾਂ ਮੇਰਾ ਜਿਹੜਾ ਬਾਲੀਵੁੱਡ ਦਾ ਸਫ਼ਰ ਹੈ ਕਿੱਦਾਂ ਉਹ ਮੇਰਾ ਸ਼ੁਰੂ ਹੋਇਆ ਆ। ਫਸਟ ਟਾਈਮ ਜਦੋਂ ਮੇਰਾ ਇੱਕ ਆਪਣੇ ਕਰਨ ਮਹਿਤਾ ਜੀ ਹੈ ਸੁਨੀਲ ਸ਼ੇਟੀ ਦੇ ਬਿਜ਼ਨਸ ਪਾਰਟਨਰ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਔਰ ਫਿਰ ਉਹਨਾਂ ਨੇ ਮੈਨੂੰ ਬੰਬੇ ਦੇ ਵਿੱਚ ਆਪਣੇ ਪ੍ਰੋਡਕਸ਼ਨ ਹਾਊਸ ਦੇ ਵਿੱਚ ਇਨਵਾਈਟ ਕਰਿਆ ਅਤੇ ਉੱਥੇ ਉਹਨਾਂ ਨਾਲ ਮੇਰੀ ਮੀਟਿੰਗ ਹੋਈ ਅਤੇ ਮੈਂ ਆਪਣੇ ਜਿੰਨੇ ਵੀ ਸਾਡੇ ਇਵੈਂਟ ਹੋਏ ਨੇ ਅਸੀਂ ਉਹਨਾਂ ਬਾਰੇ ਉਹਨਾਂ ਨਾਲ ਡਿਸਕਸ ਕਰੀ ਅਤੇ ਫਿਰ ਇੱਕ ਅਫਗਾਨਿਸਤਾਨ ਫਿਲਮ ਇੰਡਸਟਰੀ ਦੇ ਜਿਹੜੇ ਸੈਲੀਬ੍ਰਿਟੀ ਨੇ ਉਹਨਾਂ ਨੇ ਮੈਨੂੰ ਕੋਚ ਅਪੁਆਇੰਟ ਕਰਿਆ ਕਿ ਅਸੀਂ ਬਾਲੀਵੁੱਡ ਸਟਾਰਾਂ ਨਾਲ ਇੱਕ ਸਾਡੇ ਸਟਾਰ ਜਿਹੜੇ ਫਿਲਮ ਅਫਗਾਨਿਸਤਾਨ ਫਿਲਮ ਇੰਡਸਟਰੀ ਦੇ ਜਿੰਨੇ ਵੀ ਸਟਾਰ ਨੇ ਉਹ
ਬਾਲੀਵੁੱਡ ਦੀ ਜੋ ਫਿਲਮ ਇੰਡਸਟਰੀ ਦੇ ਸਟਾਰ ਨੇ ਉਹਨਾਂ ਨਾਲ ਇੱਕ ਇਵੈਂਟ ਕਰਨਾ ਚਾਹੁੰਦੇ ਨੇ ਤਾਂ ਕਿ ਇੱਕ ਫਰੈਂਡ ਸਰਕਲ ਬਾਲੀਵੁੱਡ ਔਰ ਜੋ ਅਫਗਾਨਿਸਤਾਨ ਦੀ ਇੰਡਸਟਰੀ ਦੇ ਵਿੱਚ ਇੱਕ ਅੱਛਾ ਯਾਨੀ ਕਿ ਇੱਕ ਫਰੈਂਡ ਸਰਕਲ ਬਣੇ। ਅਤੇ ਇਸ ਕਰਕੇ ਜਦੋਂ ਮੈਨੂੰ ਕਰਨ ਮਹਿਤਾ ਜੀ ਨੇ ਇਨਵਾਈਟ ਕਰਿਆ ਤਾਂ ਉੱਥੇ ਹੀ ਜਿਹੜੇ ਆਪਣੇ ਬਾਲੀਵੁੱਡ ਦੇ ਫੇਮਸ ਸੈਲੀਬ੍ਰਿਟੀ ਸੁਨੀਲ ਸ਼ੈਟੀ ਜਾਣੇ ਮਾਣੇ ਆਪਣੇ ਆਰਟਿਸਟ ਨੇ ਔਰ ਬਹੁਤ ਵੱਡੇ ਐਕਟਰ ਨੇ, ਤਾਂ ਉਹਨਾਂ ਨਾਲ ਮੇਰੀ ਉੱਥੇ ਪ੍ਰੋਡਕਸ਼ਨ ਹਾਊਸ ਦੇ ਵਿੱਚ ਮੁਲਾਕਾਤ ਹੋਈ ਅਤੇ ਫਿਰ ਉੱਥੋਂ ਮੇਰਾ ਬਾਲੀਵੁੱਡ ਦਾ ਜਿਹੜਾ ਸਫ਼ਰ ਹੈ ਸਟਾਰਟ ਹੋਇਆ। ਫਿਰ ਉਸ ਤੋਂ ਬਾਅਦ ਸ਼ਿਵਾਜੀ ਸਾਤਮ, ਦਿਆ ਨੰਦ ਸ਼ੈਟੀ, ਅਭਿਜੀਤ ਔਰ ਰਮੇਸ਼ ਗੋਇਲ ਜੀ, ਅਸ਼ੋਕ ਤਿਆਗੀ ਜੀ, ਦਿਲਜਾਨ ਵਾੜੀਆ ਜੀ, ਇੱਦਾਂ ਦੇ ਬੜੇ ਵੱਡੇ ਵੱਡੇ ਜਿਹੜੇ ਸਾਡੇ ਬਾਲੀਵੁੱਡ ਦੇ ਐਕਟਰ ਨੇ ਸਟਾਰ ਨੇ, ਅਦਿੱਤਿਆ ਪੰਚੋਲੀ ਜੀ, ਅਰਮਾਨ ਕੋਹਲੀ, ਅਰੁਣ ਬਖਸ਼ੀ, ਇਹਨਾਂ ਨਾਲ ਜਦੋਂ ਮੇਰੀ ਮੁਲਾਕਾਤ ਹੋਈ ਤਾਂ ਫਿਰ ਅਸੀਂ ਇੱਕ ਇਵੈਂਟ ਔਰਗੇਨਾਈਜ਼ ਕੀਤਾ ਸੀਗਾ ਬਾਲੀਵੁੱਡ ਦੇ ਵਿੱਚ, ਆਪਣੇ ਬੰਬੇ ਦੇ ਵਿੱਚ। ਬਾਲੀਵੁੱਡ ਦੇ ਸਾਰੇ ਸੈਲੀਬ੍ਰਿਟੀਆਂ ਨੇ ਉੱਥੇ ਪਾਰਟਿਸਪੇਟ ਕਰਿਆ ਸੀਗਾ। ਅਤੇ ਇਸ ਲਾਈਨ ਤੋਂ ਬਾਅਦ ਮੈਂ ਜਿੱਦਾਂ ਫਿਲਮ ਇੰਡਸਟਰੀ ਨਾਲ ਜੁੜਿਆ ਹਾਂ ਅਤੇ ਅੱਜ ਮੈਂ ਜਿਹੜੇ ਵੀ ਆ ਇਵੈਂਟ ਕਾਫੀ ਵੱਡੇ ਵੱਡੇ ਅਸੀਂ ਇਵੈਂਟ ਦੇਵਰੁਖਸ਼ ਫਾਊਂਡੇਸ਼ਨ ਦੇ ਅੰਡਰ ਵਿੱਚ ਅਸੀਂ ਕਰ ਰਹੇ ਹਾਂ ਅਤੇ ਸਾਡੇ ਜਿਹੜੇ ਨੈਕਸਟ ਇਵੈਂਟ ਨੇ ਉਹ ਵੀ ਬਾਲੀਵੁੱਡ ਦੇ ਵਿੱਚ, ਬੰਬੇ ਦੇ ਵਿੱਚ ਜਾਂ ਆਲ ਓਵਰ ਇੰਡੀਆ ਅਸੀਂ ਔਰਗੇਨਾਈਜ਼ ਕਰਨਾ ਚਾਹਾਂਗੇ।